ਸਤਿ ਸ਼੍ਰੀ ਅਕਾਲ ਦੋਸਤੋ, ਟਰਬਨ ਕਿੰਗ ਪ੍ਰਦੀਪ ਗਹਿਲ YouTube ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੇ ਅੱਜ ਲੈ ਕੇ ਆਏ 5.5 ਮੀਟਰ ਬਟਾਂ ਵਾਲੀ ਪੱਗ। ਇਹ ਵੀਡੀਓ ਦੇਖ ਕੇ ਹਰੇਕ ਵੀਰ ਜਿਹੜਾ ਕਿ 90% ਆ ਜਿਹੜਾ ਪੱਗ ਸਿੱਖ ਜੂਗਾ। ਜੇ ਬਾਅਦ ਦੇ ਵਿੱਚ ਕੋਈ ਨਾ ਕੋਈ ਹੋਰ ਪ੍ਰੋਬਲਮ ਆਉਂਦੀ ਹੋਈ, ਉਹ ਤੁਸੀਂ ਹੋਰ ਵੀਡੀਓ ਨੂੰ ਦੇਖ ਕੇ ਸਿੱਖ ਸਕਦੇ ਹੋ। ਵੀਡੀਓ ਨੂੰ ਅੱਗੇ ਸਟਾਰਟ ਕਰਨ ਤੋਂ ਪਹਿਲਾਂ ਲਾਈਕ, ਸ਼ੇਅਰ ਤੇ ਕਮੈਂਟ ਜ਼ਰੂਰ ਕਰ ਦਿਓ, ਤਾਂ ਕਿ ਜਿਹੜੀ ਤੁਹਾਨੂੰ ਵੀ ਕੋਈ ਪ੍ਰੋਬਲਮ ਆ ਪੱਗ ਬੰਨਣ ਦੇ ਵਿੱਚ ਆਉਂਦੀ ਆ, ਉਹ ਤੁਸੀਂ ਕਮੈਂਟ ਕਰ ਸਕਦੇ ਹੋ। ਅੱਜ ਦੀ ਵੀਡੀਓ ਜ਼ਰੂਰ ਜਿਹੜੀ ਕਿ ਲਾਸਟ ਤੱਕ ਦੇਖਣਾ, ਗਰੰਟੀ ਆ ਕਿ ਤੁਸੀਂ ਪੱਗ ਬੰਨਣੀ ਸਿੱਖ ਜਾਓਗੇ। ਸਭ ਤੋਂ ਪਹਿਲਾਂ ਲੜ ਲਗਾਉਂਦੇ ਆਪਾਂ ਪੂਣੀ, ਕਰਨ ਤੋਂ ਬਾਅਦ ਪਤਲੇ ਪੱਲੇ ਦੋ ਥੱਲੇ ਵਾਲੀ ਸਾਈਡ ਰੱਖਾਂਗੇ। ਅਤੇ ਜੇਕਰ ਪੂਣੀ ਦੀ ਜਾਂ ਬੇਸ ਦੀ ਵੀਡੀਓ ਤੁਸੀਂ ਦੇਖਣੀ ਆ, ਉਹ ਆਪਣੇ ਕਮੈਂਟ ਬਾਕਸ ਦੇ ਵਿੱਚ ਪਈ ਆ, ਉੱਥੋਂ ਤੁਸੀਂ ਦੇਖ ਸਕਦੇ ਹੋ। ਪਹਿਲਾ ਲੜ ਮੂੰਹ ਦੇ ਵਿੱਚ ਪਾ ਕੇ ਆਪਾਂ, ਤੁਸੀਂ ਦੇਖੋ ਸਭ ਤੋਂ ਵੱਡੀ ਪ੍ਰੋਬਲਮ ਕੀ ਆਉਂਦੀ ਆ। ਕਈ ਵੀਰ ਬਿਲਕੁਲ ਸੈਂਟਰ ਦੇ ਵਿੱਚ ਦੀ ਲੜ ਲਿਆਉਣ ਦੇ ਚੱਕਰ ਦੇ ਵਿੱਚ ਐਵੇਂ ਲੜ ਲਾ ਲੈਂਦੇ ਆ, ਜਿਹੜਾ ਲੜ ਬਾਅਦ 'ਚ ਖਿਸਕ ਜਾਂਦਾ ਜਾਂ ਐਵੇਂ ਹੋਈ ਜਾਂਦਾ। ਇੱਕ ਤਾਂ ਹਲਕਾ ਜਿਹਾ ਇੱਧਰ ਦੀ ਲੈ ਕੇ ਆਉਣਾ ਲੜ, ਠੀਕ ਆ ਜੀ, ਪਤਲਾ ਪਿੰਚ ਕਰਕੇ। ਬਟਾਂ ਵਾਲੀ ਪੱਗ ਦੀ ਵੀਡੀਓ ਇੱਕ ਪਰਸੋਂ ਜਾਂ ਚੌਥੇ ਤੱਕ ਇੱਕ, ਜਿਹਦੇ ਵਿੱਚ ਸਪੈਸ਼ਲ ਵੱਟ ਪਾਉਣ ਲਈ ਦੱਸਿਆ ਜਾਵੇਗਾ। ਤੁਸੀਂ ਦੇਖੋ ਪਿੰਚ ਕਰਕੇ ਵੱਟ ਪਾਏ ਆਪਾਂ। ਇਸ ਤੋਂ ਬਾਅਦ ਜਿਹੜਾ ਕਿ ਅਗਲਾ ਲੜ ਆ, ਹੁਣ ਤੁਸੀਂ ਦੇਖੀ ਜਾਣਾ, ਬਹੁਤ ਜ਼ਿਆਦਾ ਜਿਹੜੇ ਵੀਰ ਆ ਗਲਤੀ ਕੀ ਕਰਦੇ ਆ, ਪੂਣੀ ਘੁੰਮ ਜਾਂਦੀ ਆ ਬੈਕ ਸਾਈਡ 'ਤੇ, ਪੂਣੀ ਘੁੰਮਣ ਨਹੀਂ ਦੇਣੀ ਕਦੇ ਵੀ। ਜਿਹੜਾ ਆਹ ਲੜ ਲਾਉਣਾ, ਪਹਿਲਾਂ ਇੱਧਰੋਂ ਜਦ ਲੜ ਲਾਉਣਾ ਤਾਂ ਹੱਥ ਜਿਹੜਾ ਤੁਹਾਡਾ ਇੱਥੇ ਪਹੁੰਚਣਾ ਚਾਹੀਦਾ, ਇੱਧਰੋਂ ਅੱਗੇ ਥੋੜ੍ਹਾ ਜਿਹਾ, ਠੀਕ ਆ, ਅਤੇ ਇੱਥੋਂ ਲੜ ਲਾ ਕੇ ਉੱਤੋਂ ਦੀ ਪਹਿਲਾਂ ਵਾਲੇ ਉੱਤੋਂ ਦੀ ਲੈ ਕੇ ਆਉਂਦਾ ਲੜ, ਫਿਰ ਇਹ ਜਿਹੜਾ ਹੱਥ ਆਪਾਂ ਤੁਸੀਂ ਹੱਥ ਜਿਹੜਾ ਪਾਉਂਦੇ ਹੋ ਐਵੇਂ ਐਵੇਂ, ਜੇ ਤੁਸੀਂ ਹੱਥ ਪਾਉਂਦੇ ਹੋ ਐਂ ਕਰਕੇ ਇੱਥੇ ਐਂ ਇੱਥੋਂ ਐਂ ਜਦੋਂ ਘੁਮਾਉਂਦੇ ਹੋ, ਜਿਹੜਾ ਮਗਰ ਪੂਣੀ ਘੁੰਮ ਜਾਂਦੀ ਆ। ਕਦੇ ਵੀ ਹੱਥ ਜਿਹੜਾ ਪਾਉਣਾ ਇਹ ਐਵੇਂ ਨਹੀਂ ਪਾਉਣਾ, ਹੱਥ ਪਾਉਣਾ ਤੁਸੀਂ ਥੱਲਿਓ ਐਵੇਂ ਐਵੇਂ, ਜਦੋਂ ਤੁਸੀਂ ਐਵੇਂ ਹੱਥ ਪਾਓਗੇ ਇੱਥੇ ਪੂਣੀ ਛੱਡ ਕੇ ਉੱਥੋਂ ਦੀ ਪੂਣੀ ਘੁੰਮਾ ਲੈਣੀ ਆ, ਠੀਕ ਆ, ਕਦੇ ਵੀ ਪੂਣੀ ਨਹੀਂ ਘੁੰਮੂਗੀ। ਦੂਸਰੀ ਗੱਲ, ਜਿਹੜਾ ਹੱਥ ਪਾਉਣਾ ਇਹ ਹੱਥ ਤੁਹਾਡਾ ਕਈ ਵੀਰ ਜੇ ਪੱਗ ਬੰਨਣਾ ਇੱਥੇ ਐਂ ਕਰ ਲੈਂਦੇ, ਇਹ ਨਹੀਂ ਕਰਨਾ ਕਦੇ ਵੀ, ਹੱਥ ਤੁਹਾਡਾ ਹੋਣਾ ਚਾਹੀਦਾ ਇੱਥੇ, ਇੱਥੋਂ ਹੱਥ ਸਿੱਧਾ ਬੈਕ ਸਾਈਡ 'ਤੇ ਇੱਥੇ ਜਾਵੇ, ਜਦੋਂ ਬੈਕ ਸਾਈਡ 'ਤੇ ਉੱਥੇ ਜਾਵੇਗਾ ਹੱਥ, ਕਦੇ ਵੀ ਪੂਣੀ ਦੇ ਵਿੱਚ ਪ੍ਰੋਬਲਮ ਨਹੀਂ ਆਵੇਗੀ ਘੁੰਮਣ ਦੇ ਵਿੱਚ। ਲਾੜਾ ਇੱਥੋਂ ਦੇਖੋ, ਇੱਥੋਂ ਤੁਸੀਂ ਚੱਕ ਲੈਣਾ ਅੱਖ ਤੋਂ, ਇੱਥੋਂ ਇਸ ਜਗ੍ਹਾ ਤੋਂ ਜਦੋਂ ਚੱਕੋਗੇ ਇੱਕ ਜਗ੍ਹਾ 'ਤੇ ਇਕੱਠਾ ਕਰ ਲੈਣਾ, ਨੋਕ 'ਤੇ ਕੱਪੜਾ ਇਕੱਠਾ ਕਰ ਲੈਣਾ, ਅੰਦਰ ਨੂੰ ਨਹੀਂ ਮੋੜਨਾ, ਚੱਕੋ ਵੀ ਪਹਿਲਾਂ ਇਹ ਲੜ ਵੀ ਆਪਣਾ ਲੱਗ ਗਿਆ, ਹੈ ਨਾ, ਬਾਟਾ ਵਧੀਆ ਤਰੀਕੇ ਨਾਲ ਫੈ ਗਈ। ਦੂਸਰੀ ਗੱਲ, ਇਸ ਤੋਂ ਬਾਅਦ ਜਿਹੜੀ ਅਗਲੀ ਗੱਲ ਆਪਾਂ ਕਰਨੀ ਆ, ਹੈ ਨਾ, ਜਦੋਂ ਇੱਧਰਲੀ ਸਾਈਡ ਲੜ ਲਾਵਾਂਗੇ ਇੱਧਰੋਂ ਹਲਕੇ ਹਲਕੇ ਲੜ ਥੱਲੇ ਆਉਂਦੇ ਰਹਿਣਗੇ, ਨਾ ਤਾਂ ਪੂਣੀ ਆਪਾਂ ਖੋਲ੍ਹਣੀ ਆ ਨਾ ਹੀ ਇਕੱਠੀ ਕਰਨੀ ਆ। ਪੂਣੀ ਜਿੰਨੀ ਪੂਣੀ ਦੀ ਉਹ ਹੁੰਦੀ ਆ ਪੂਣੀ ਕਰਨ ਦੇ ਟਾਈਮ ਥੱਲੇ ਨੂੰ ਲੈਂਥ, ਉਨੀ ਪੂਣੀ ਖੋਲ੍ਹ ਕੇ, ਠੀਕ ਆ, ਇੱਥੋਂ ਕੱਪੜਾ ਫਿਰ ਅੱਗੇ ਵਾਲਾ ਕੰਮ ਹੀ, ਇੱਥੋਂ ਕੱਪੜੇ ਨੂੰ ਇਕੱਠਾ ਕਰਨਾ, ਜਿੰਨਾ ਟਾਈਮ ਤੁਸੀਂ ਪੱਗ ਨੂੰ ਇੱਥੋਂ ਸੈਟਲਮੈਂਟ ਨਹੀਂ ਕਰਨੀ ਸਿੱਖਦੇ। ਹੁਣ ਇਸ ਤੋਂ ਬਾਅਦ ਅਗਲੀ ਗੱਲ ਆਊਗੀ, ਇੱਥੋਂ ਤੁਸੀਂ ਕੀ ਕਰਦੇ ਹੋ, ਇੱਥੋਂ ਕਰਕੇ ਇਕੱਠਾ ਐਂ ਲੜ ਲਾ ਦਿੰਦੇ ਹੋ ਉੱਪਰਲੀ ਸਾਈਡ। ਆਹ ਕਈ ਵਾਰ ਤਾਂ ਇੱਥੇ ਇੱਥੇ ਤੱਕ ਕਈ ਵੀਰਾਂ ਦੀ ਪੱਗ ਐਂ ਚਲੀ ਜਾਂਦੀ ਆ, ਇਹ ਚੀਜ਼ ਦੇ ਲਈ ਤੁਸੀਂ ਕੀ ਕਰਨਾ, ਥੱਲਿਓਂ ਅੰਗੂਠੇ ਦੇ ਨਾਲ ਕੱਪੜੇ ਨੂੰ ਇਕੱਠਾ ਕਰ ਲਿਆ, ਆਹ ਜਿਹੜੀਆਂ ਉਂਗਲਾਂ ਇਹਦੇ ਨਾਲ ਆਹ ਦੋ ਉਂਗਲਾਂ ਨਾਲ ਉੱਪਰੋਂ ਇਕੱਠਾ ਕਰ ਲੈਣਾ, ਠੀਕ ਆ, ਦੋ ਉਂਗਲਾਂ ਨਾਲ ਉੱਤੋਂ ਇਕੱਠਾ ਕਰਕੇ ਜਿਹੜੇ ਵਾਟ ਆ ਉਹ ਐਵੇਂ ਸੈਟਲਮੈਂਟ ਜੀ ਹੜਕੀ ਜੀ ਕਰਕੇ ਉੱਤੇ ਉਂਗਲਾਂ ਦੇ ਨਾਲ ਆ ਇਕੱਠਾ ਕੀਤਾ ਕਰਕੇ, ਉੱਤੋਂ ਬਹੁਤ ਵਧੀਆ ਬਿਹਤਰ ਸ਼ੇਪ ਆ ਜਿਹੜੀ ਦਸਤਾਰ ਦੀ ਉਹ ਵੀ ਨਾਲ ਦੀ ਨਾਲ ਤੁਹਾਡੀ ਬਣੀ ਜਾਊਗੀ, ਠੀਕ ਆ ਜੀ। ਅਤੇ ਆਹ ਤਰੀਕਾ ਤੁਹਾਨੂੰ ਫੇਰ ਦੇਖ ਲਿਆ, ਜਾਂ ਤਾਂ ਇੱਕ ਉਂਗਲ ਨਾਲ ਫੜ ਲਓ ਚਾਹੇ ਐਂ ਕਰ ਲਓ ਐਂ ਲਾ ਲਓ, ਠੀਕ ਆ ਜੀ, ਕਦੇ ਵੀ ਹੱਥ ਪੁੱਠਾ ਨਹੀਂ ਹੱਥ ਪਾਉਣਾ। ਪੱਗ ਬੰਨਣ ਦੇ ਵਿੱਚ ਤੁਹਾਨੂੰ ਪ੍ਰੋਬਲਮ ਆਊਗੀ ਨਹੀਂ ਕਦੇ, ਜੇਕਰ ਤੁਸੀਂ ਇਹ ਵੀਡੀਓ ਪੂਰੀ ਦੇਖੋਗੇ, ਅਤੇ ਜਿਹੜੇ ਹਿਸਾਬ ਨਾਲ ਆਪਾਂ ਇਹ ਵੀਡੀਓ ਦੇ ਵਿੱਚ ਪੱਗ ਬੰਨ ਰਹੇ ਹੋ ਇਸ ਹਿਸਾਬ ਦੇ ਨਾਲ ਤੁਸੀਂ ਪੱਗ ਬੰਨੋਗੇ ਤਾਂ ਤੁਹਾਨੂੰ ਕਦੇ ਵੀ ਪੱਗ ਬੰਨਣ ਦੇ ਵਿੱਚ ਪ੍ਰੋਬਲਮ ਨਹੀਂ ਆਊਗੀ। ਵੱਧ ਤੋਂ ਵੱਧ ਭਰਾਵਾਂ ਤੱਕ ਮੇਰਾ ਵੀਰ ਇਹ ਵੀਡੀਓ ਨੂੰ ਸਾਂਝੀ ਕਰਿਓ, ਕੋਈ ਆਪਾਂ ਆਵਾਜ਼ ਦੀ ਜ਼ਿਆਦਾ ਹੈਲਪ ਵੀ ਨਹੀਂ ਕਰਦੇ, ਆਵਾਜ਼ ਦੀ ਮਦਦ ਤੋਂ ਬਿਨਾਂ ਜਿਹੜੀ ਕਿ ਦਸਤਾਰ ਬੰਨੀ ਜਾਊਗੀ। ਇੱਥੋਂ ਫਿਰ ਤੀਜੇ ਚੌਥੇ ਲੜਤੇ ਵਿੱਚ ਆ ਕੇ ਕਈ ਭਰਾ ਕਹਿੰਦੇ ਹੁੰਦੇ ਬਾਈ ਜੀ ਸਾਡੇ ਤੋਂ ਬਹੁਤ ਪ੍ਰੋਬਲਮ ਆ ਜਾਂਦੀ, ਆਹ ਦੇਖੋ ਇੱਥੋਂ ਅੱਖ ਦੇ ਉੱਤੋਂ ਜਾ ਕੇ ਇੱਥੋਂ ਤੁਸੀਂ ਜਦ ਨੋਕ ਚੱਕ ਕੇ ਲਾਤੀ
ਤੇ ਜਦੋਂ ਇੱਥੇ ਜੇ ਜਾ ਕੇ ਨਾ ਆਪਾਂ ਆਹ ਲੜ ਹਲਕੇ ਜਿਹੇ ਭੁਗਤੇ ਚੱਕਣ ਲੱਗ ਜਾਣੇ, ਕਿਉਂਕਿ ਮੇਰਾ ਹੱਥ ਹੈਗਾ ਬਹੁਤ ਟਾਈਮ ਦਾ ਟਿਕਿਆ ਹੋਇਆ। ਜੇ ਮੈਂ ਇੱਥੇ ਐਂ ਲੜ ਫੜਦਾ ਵੀ ਮੈਂ ਨਾਲ ਦੀ ਨਾਲ ਬੈਕ ਸਾਈਡ ਲੈ ਜਾਂਦਾ, ਠੀਕ ਹੈ। ਅਤੇ ਜ਼ਿਆਦਾਤਰ ਤੁਸੀਂ ਟਰਾਈ ਕਰਨੀ ਕਿ ਲੜ ਇੱਥੋਂ ਹੀ ਫੜੇ, ਇੱਥੋਂ ਫੜਿਆ ਵਾ ਨਾਲ ਦੀ ਨਾਲ ਲਾਤਾ, ਪਰ ਬਹੁਤ ਸੌਖਾ ਕੰਮ ਹੈ, ਦਸਤਾਰ ਬੰਨਣੀ ਕੋਈ ਔਖਾ ਕੰਮ ਨਹੀਂ, ਲੋੜ ਹੈ ਸਿਰਫ ਪ੍ਰੈਕਟਿਸ ਦੀ। ਜਦੋਂ ਤੁਸੀਂ ਪ੍ਰੈਕਟਿਸ ਕਰੋਗੇ ਜਿੰਨਾ ਟਾਈਮ ਤੁਹਾਨੂੰ ਇਕੱਲਾ ਲਾਏ 'ਤੇ ਯਕੀਨ ਨਹੀਂ ਹੁੰਦਾ ਵੀ ਇਹ ਲੜ ਸਾਡਾ ਸਹੀ ਲੱਗ ਗਿਆ, ਉਹਨਾਂ ਟਾਈਮ ਅਗਲੇ ਲੜ ਦੀ ਗੱਲ ਹੀ ਨਾ ਕਰੋ, ਹੈ ਨਾ। ਕਿਉਂਕਿ ਕੋਈ ਵੀ ਵੀਰ ਭਰਾ ਜਦੋਂ ਦਸਤਾਰ ਬੰਨਦਾ ਨੂੰ ਨਾਲ ਦੀ ਨਾਲ ਪਤਾ ਲੱਗ ਜਾਂਦਾ ਕਿ ਵੀ ਸਾਡਾ ਆਹ ਲੜ ਸਹੀ ਲੱਗਿਆ ਜਾਂ ਗਲਤ ਲੱਗਿਆ, ਇੰਨੀ ਕੁ ਤਾਂ ਆਪਾਂ ਨੂੰ ਜੱਜਮੈਂਟ ਹੁੰਦੀ ਆ। ਪੱਗ ਦੀ ਸ਼ੇਪ ਦੇ ਆਧਾਰ 'ਤੇ ਲਾ ਲਓ, ਅਤੇ ਆਪਣਾ ਦੂਸਰਾ ਉਹ ਕੀ ਕਹਿੰਦੇ ਹੁੰਦੇ ਆ ਬਟਾਂ ਵਾਟ ਪਾਉਣ ਦੇ ਤਰੀਕੇ 'ਤੇ ਲਾ ਲਓ, ਉਹਨਾਂ 'ਤੇ ਸਭ 'ਤੇ ਆਉਣ ਵਾਲੇ ਟਾਈਮ ਦੇ ਵਿੱਚ ਵੀਡੀਓ ਆਊਗੀ, ਅਤੇ ਤੁਸੀਂ ਬਸ ਸਾਥ ਦੇਵੋ ਵੱਧ ਤੋਂ ਵੱਧ ਭਰਾ। ਮੈਂ ਦੇਖਦਾ ਹੁੰਦਾ ਕਮੈਂਟਾਂ ਦੇ ਵਿੱਚ ਬਹੁਤ ਵੀਰ ਵਧੀਆ ਵਧੀਆ ਦਸਤਾਰਾਂ ਆਪਣੀਆਂ ਵੀਡੀਓ ਦੇਖ ਕੇ ਸਿੱਖ ਵੀ ਗਏ, ਹੈ ਨਾ। ਕਈ 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 ਤਾਂ ਹੁੰਦਾ ਵੀ ਕਈਆਂ ਦੀ ਇੰਨੀ ਜੱਚਦੀ ਆ ਜ਼ਿਆਦਾ ਦਸਤਾਰ ਕਿ ਮੈਥੋਂ ਵੀ ਵਧੀਆ ਲੱਗਦੀ ਹੈ ਦਸਤਾਰ ਬੰਨੀ ਉਹਨਾਂ ਦੇ। ਇੱਥੋਂ ਫਿਰ ਲਾਸਟ ਵਾਲਾ ਲਾਡ, ਹੁਣ ਇੱਥੇ ਜਾ ਕੇ ਆਪਣੇ ਜਦੋਂ ਇੰਨੀ ਦਸਤਾਰ ਬੰਨੀ ਗਈ ਤਾਂ ਹੁਣ ਆਪਣੇ ਐਂਡ 'ਤੇ ਜਿਹੜਾ ਰੌਲਾ ਰਹਿ ਜਾਂਦਾ ਉਹ ਹੁੰਦਾ ਹੈਗਾ ਜੀ ਕਲਗੀ ਲੜ ਦਾ। ਕਲਗੀ ਲੜ ਜਿਹੜਾ ਬਹੁਤ ਭਰਾਵਾਂ ਨੂੰ ਪ੍ਰੋਬਲਮ ਆਉਂਦੀ ਆ ਕਲਗੀ ਲੜ ਦੀ, ਤੁਹਾਨੂੰ ਜਿਹੜੀ ਕਲਗੀ ਲੜ ਦੀ ਪ੍ਰੋਬਲਮ ਨਹੀਂ ਆਊਗੀ। ਜਿਵੇਂ ਆਹ ਲੜ ਨਿਕਲਿਆ ਹਲਕਾ ਜਿਹਾ, ਇਹਦੇ ਵਿੱਚ ਤੁਸੀਂ ਆਵਾਜ਼ ਵੀ ਫੇਰ ਸਕਦੇ ਹੋ, ਆਵਾਜ਼ ਗੱਲ ਕਰੋ, ਹੁਣ ਹੈ ਨਹੀਂ ਪਰ ਵੀਡੀਓ ਰੋਕਣੀ ਪੈਣੀ ਆ ਕਿ ਚੱਕ ਕੇ ਲਿਆਉਣਾ ਪੈਣਾ, ਇੰਨਾ ਸਮਾਂ ਵੀ ਹੈ ਨਹੀਂ। ਅਤੇ ਇੱਥੇ ਤੁਸੀਂ ਜਿਹੜਾ ਵਾਰ ਪੱਗ ਪੈਣ ਦੀ ਜਮ੍ਹਾਂ ਵਰਤੋਂ ਇੱਥੇ ਨੱਕ ਦੀ ਸੇਤ 'ਤੇ ਕਰਨੀ, ਬਿਲਕੁਲ ਨੱਕ ਦੀ ਸੇਤ ਦੇ ਉੱਤੇ। ਅੱਜ ਤਾਂ ਪੱਗ ਨਾ ਫਰੰਟ ਕੈਮਰੇ ਦੇ ਵਿੱਚ ਹੀ ਬੰਨੀ ਆ ਸਾਰੀ, ਠੀਕ ਆ ਜੀ। ਆਹ ਤਾਂ ਬਹੁਤ ਛੋਟੀਆਂ ਗੱਲਾਂ ਨੇ ਜਿਹੜੀਆਂ ਤੁਹਾਨੂੰ ਮੈਂ ਹੁਣ ਦੱਸ ਰਿਹਾ, ਜੇ ਇਹ ਛੋਟੀਆਂ ਛੋਟੀਆਂ ਗੱਲਾਂ 'ਤੇ ਤੁਸੀਂ ਕਵਰ ਅਪ ਕਰ ਲੈਂਦੇ ਹੋ, ਧਿਆਨ ਦਿੰਦੇ ਹੋ, ਕੋਈ ਵੀ ਤੁਹਾਨੂੰ ਪੱਗ ਵਧੀਆ ਬੰਨਣ ਤੋਂ, ਸੋਹਣੀ ਦਸਤਾਰ ਬੰਨਣ ਤੋਂ ਰੋਕ ਨਹੀਂ ਸਕਦਾ ਕਿ ਵੀ ਤੁਸੀਂ ਬੰਨੋਗੇ ਯਾਰ। ਹੁਣ ਲਾਸਟ ਲੜ, ਇੱਥੋਂ ਕੀ ਕਰਨਾ ਆਪਾਂ, ਇੱਥੇ ਲੜ ਆ ਗਿਆ ਹੁਣ ਕਲਗੀ ਲੜ, ਪਤਾ ਕੀ ਕਰਦੇ ਕਈ ਵੀਰ, ਇੱਥੇ ਕਲਗੀ ਲੜ ਆ ਗਿਆ, ਇੱਥੋਂ ਪੱਗ ਭੈਣ ਇੱਥੇ ਲੱਗਿਆ ਹੁੰਦਾ, ਇੱਥੋਂ ਹੀ ਐਂ ਘੁਮਾ ਕੇ ਕਹਿੰਦੇ ਬਾਈ ਜੀ ਲੱਗੇ ਸਹੀ ਨਹੀਂ ਆ ਰਿਹਾ, ਜੱਜਮੈਂਟ ਜੀ 'ਚ ਨਹੀਂ ਆ ਰਿਹਾ ਲੜ, ਅਤੇ ਤੁਸੀਂ ਕੀ ਕਰਨਾ ਇੱਥੋਂ। ਹੁਣ ਦੇਖੋ ਪੱਗ ਭੈਣ ਜਿੱਥੇ ਲੱਗਿਆ, ਪੱਗ ਭੈਣ ਇੱਥੇ ਲੱਗਿਆ, ਇੱਥੋਂ ਜਿੱਥੇ ਪੱਗ ਭੈਣ ਲੱਗਿਆ ਉੱਥੋਂ ਹੀ ਆਪਾਂ ਉਹਦੇ ਕ੍ਰੋਸ ਮਾਰਤਾ, ਅੰਦਰ ਨੂੰ ਘੁਮਾਤਾ, ਅੰਦਰ ਨੂੰ ਘੁਮਾ ਕੇ ਉੱਪਰਲੇ ਪੱਲੇ ਖੋਲ੍ਹਤੇ, ਠੀਕ ਆ ਜੀ। ਉੱਪਰਲੇ ਪੱਲੇ ਖੋਲ੍ਹ ਕੇ ਇਹਨੂੰ ਦਸਤਾਰ ਨੂੰ ਆਪਾਂ ਲੜ ਨੂੰ ਦੇਤਾ ਵਿੱਚ, ਤੁਸੀਂ ਦੇਖ ਸਕਦੇ ਹੋ ਭਾਈ ਦਸਤਾਰ ਕਿਹੋ ਜਿਹੀ ਵੱਜੀ ਆ, ਅਤੇ ਦਸਤਾਰ ਅੱਜ ਬਿਨਾਂ ਸ਼ੀਸ਼ੇ ਤੋਂ ਵੱਜੀ ਆ, ਅਤੇ ਵੱਜੀ ਕਿਹੋ ਜਿਹੀ ਤੁਸੀਂ ਦੱਸਣਾ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ, ਐਂਡ 'ਤੇ ਆਪਾਂ ਢਾਕ ਲੈਣਾ ਸਿਰ ਵੀਰੇ, ਵੱਧ ਤੋਂ ਵੱਧ ਵੀਰਾਂ ਤੱਕ ਇਹ ਵੀਡੀਓ ਨੂੰ ਸਾਂਝੀ ਕਰੋ, ਵੱਧ ਤੋਂ ਵੱਧ ਜਿੰਨਾ ਹੋ ਸਕੇ, ਉਨਾ ਹੀ ਘੱਟ ਆ ਗਾ, ਹੈ ਨਾ। ਅਤੇ ਬਾਕੀ ਰਹੀ ਗੱਲ, ਜੇਕਰ ਤੁਹਾਨੂੰ ਵੀ ਕੋਈ ਪੱਗ ਬੰਨਦੇ ਟਾਈਮ ਪ੍ਰੋਬਲਮ ਆ, ਕਿਉਂਕਿ ਸ਼ੇਪ ਦੀ ਜਿਹੜੀ ਬਹੁਤ ਮੇਜਰ ਪ੍ਰੋਬਲਮ ਆ, ਅਤੇ ਇੱਕ ਹੋ ਗਿਆ ਸ਼ੇਪ ਤੁਹਾਡੀ ਤਾਂ ਨਹੀਂ ਦਸਤਾਰ ਦੀ ਵਧੀਆ ਆਉਂਦੀ, ਤੁਸੀਂ ਨੋਕ ਤੋਂ ਲੜ 'ਤੇ ਵਰਕ ਨਹੀਂ ਕਰ ਰਹੇ, ਹੈ ਨਾ, ਚੰਗੀ ਤਰ੍ਹਾਂ ਜਿਹੜੇ ਮੈਂ ਅੱਜ ਤਰੀਕੇ ਦੱਸੇ ਆ ਮੇਰਾ ਭਰਾ, ਜ਼ਰੂਰ ਉਹਨਾਂ ਦੇ ਉੱਤੇ ਅਮਲ ਕਰਿਓ, ਵਧੀਆ ਤਰੀਕੇ ਨਾਲ ਤੁਸੀਂ ਦਸਤਾਰ ਸਿੱਖ ਜਾਵੋਗੇ। ਮਿਲਦੇ ਹਾਂ ਜਲਦ ਨਵੀਂ ਅਤੇ ਹੋਰ ਵੀਡੀਓ ਦੇ ਨਾਲ, ਤਦ ਤੱਕ ਲਈ ਦੇਵੋ ਇਜਾਜ਼ਤ ਆਪਾਂ ਨੂੰ, ਸਤਿ ਸ਼੍ਰੀ ਅਕਾਲ। ਅਤੇ ਬਟਾਂ ਵਾਲੀ ਪੱਗ ਦੀ ਅਤੇ ਦੂਸਰੀ ਆਪਣੀ ਵੀਡੀਓ ਸ਼ੇਪ ਦੇ ਰਿਗਾਰਡਿੰਗ ਜਲਦੀ ਆ ਰਹੀ ਹੈ, ਧੰਨਵਾਦ।